ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਨਮਸਕਾਰ ਜੀ। ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜੀ ਦੁਪੱਟੇ ਨੂੰ ਜਿਹੜੀ ਹੈ ਲੈਸ ਕਿੱਦਾਂ ਲਗਾਈ ਦੀ ਹੈ, ਗੁੰਮ ਲੈਸ ਜਿਹੜੀ ਤੁਹਾਨੂੰ ਆਪਾਂ ਦੱਸਾਂਗੇ। ਅਤੇ ਵੀਡੀਓ ਪੂਰੀ ਧਿਆਨ ਨਾਲ ਦੇਖਣਾ। ਇਹਨੂੰ ਪਹਿਲਾਂ ਆਪਾਂ ਨੂੰ ਫੋਲਡ ਕਰ ਲਾਂਗੇ ਸਿਲਾਈ ਲਗਾ ਕੇ। ਇਹ 'ਚ ਜ਼ਿਆਦਾ ਦਬਾਅ ਨਹੀਂ ਲੈਣਾ, ਸਾਈਡ ਤੋਂ ਮਾੜਾ ਮਾੜਾ ਰੱਖ ਕੇ ਇਹਨੂੰ ਫੋਲਡ ਕਰ ਲਾਂਗੇ। ਜਿਹੜੀ ਕੰਨੀ ਵਾਲੀ ਸਾਈਡ ਹੈ ਉਹਨੂੰ ਵੀ ਫੋਲਡ ਕਰਨਾ। ਇਹਨੂੰ ਤਾਂ ਆ ਕੇ ਫੋਲਡ ਕਰ ਲੈਣਾ। ਦੇਖੋ ਫੋਲਡ ਕਰਨ ਤੋਂ ਬਾਅਦ ਸਿਲਾਈ ਲਗਾ ਲਈ ਹੈ। ਇਹ ਜਿਹੜੀ ਹੁਣ ਲੈਸ ਆਪਾਂ ਇੱਦਾਂ ਰੱਖ ਕੇ ਇਹਨਾਂ ਨੂੰ ਲਗਾਵਾਂਗੇ ਪਹਿਲਾਂ ਇੱਕ ਸਾਈਡ ਤੋਂ। ਜਿਹੜਾ ਆਪਾਂ ਫੋਲਡ ਕੀਤਾ ਵਾ ਦੇਖੋ ਥੋੜ੍ਹਾ ਜਿਹਾ ਵਿੱਚ ਦੂਰ ਹਟ ਕੇ ਲਾਉਣਾ। ਦੋ ਕੁ ਸੂਤਰ ਫੋਲਡ ਕੀਤਾ ਵਾ ਤਾਂ ਦੋ ਸੂਤਰ ਹਟ ਕੇ ਲਗਾਉਣਾ ਵਾ ਇਹ ਲੈਸ। ਅਤੇ ਜਿਹੜੀ ਸਿੱਧਾ ਸਾਈਡ ਹੈ ਉਹ ਰੱਖਣੀ ਆ ਆਪਾਂ ਥੱਲੇ ਬੰਨੇ। ਉਹ ਤੋਂ ਬਾਅਦ ਦੇਖੋ ਇਹ ਇੱਦਾਂ ਕਿ ਲੈਸ ਲਗਾਉਣ ਤੋਂ ਬਾਅਦ 'ਚੋਂ ਇਹਨੂੰ ਇੱਦਾਂ ਰੱਖ ਕੇ ਤੁਹਾਨੂੰ ਇੱਧਰ ਨੂੰ ਘੁੰਮਾ ਦਿੰਦਾ ਵਾਂ। ਇਹ ਦੇਖੋ ਇੱਦਾਂ ਫੋਲਡ ਕਰ ਦਿੰਦਾ ਵਾਂ। ਫਿਰ ਦੋਸਤੋ ਦੇਖ ਲਓ ਇੱਕ ਵਾਰੀ ਇਹਨੂੰ ਇੱਦਾਂ ਰੱਖ ਕੇ ਇੱਥੇ ਉਂਗਲ ਇੱਦਾਂ ਰੱਖ ਕੇ ਇਹਨੂੰ ਇੱਧਰ ਨੂੰ ਘੁੰਮਾ ਦਿੰਦਾ ਵਾਂ। ਦੂਜੀ ਸਾਈਡ ਬਿਲਕੁਲ ਸਫਾਈ ਨਾਲ ਲੱਗੇਗੀ। ਉਹ ਤੋਂ ਬਾਅਦ ਤਾਂ ਫਿਰ ਸਿਲਾਈ ਤਾਂ ਲਗਾ ਦਾਂਗੇ। ਇਹਨੂੰ ਦੂਜੇ ਬੰਨੇ ਫੋਲਡ ਕਰ ਲੱਗਿਆ ਸੂਈ ਅੰਦਰ ਨੂੰ ਅੰਦਰ ਰੱਖਣੀ ਹੈ ਤੁਹਾਨੂੰ ਇੱਦਾਂ ਕਰਕੇ ਇਹਨੂੰ ਫੋਲਡ ਕਰ ਲੈਣਾ ਵਾ। ਫਿਰ ਸਿਲਾਈ ਲਗਾਉਣੀ ਸ਼ੁਰੂ ਕਰ ਦਾਂਗੇ ਆਪਾਂ। ਬਸ ਇਸੇ ਤਰ੍ਹਾਂ ਹੀ ਇਹ ਲਗਾਉਣੀ ਹੈ। ਤਾਂ ਉਹ ਤੋਂ ਬਾਅਦ 'ਚ ਦੱਸਦੇ ਹਾਂ ਫਿਰ ਇਹਦੇ ਉੱਤੇ ਕੱਪੜਾ ਕਿੱਦਾਂ ਫੋਲਡ ਕਰੀਦਾ। ਉੱਤੋਂ ਇਹ ਚਾਰੇ ਪੰਨੇ ਇਸੇ ਤਰ੍ਹਾਂ ਲਗਾ ਲੈਣੀ ਹੈ। ਕਿਨਾਰੀ ਨੂੰ ਆਪਾਂ ਫੋਲਡ ਨਹੀਂ ਕੀਤਾ, ਉਹਨੂੰ ਇੱਦਾਂ ਰਹਿਣ ਦੇਣੀ ਹੈ। ਤਾਂ ਉਹਨੂੰ ਵੀ ਪੈਰ ਹਟ ਕੇ ਅਤੇ ਫਿਰ ਸਾਈਡ ਲਗਾਉਣੀ ਲੈਸ, ਬਿਲਕੁਲ ਕਿਨਾਰੀ ਨੇ ਨਾਲ ਨਹੀਂ ਲਗਾਉਣੀ। ਜਿੰਨਾ ਸਪੇਸ ਤੋਂ ਉੱਤੋਂ ਲਓ ਤਾਂ ਹੀ ਜਿੱਥੋਂ ਫੋਲਡ ਕੀਤਾ ਉਹਨਾਂ ਕਿਨਾਰੀ ਤੋਂ ਵੀ ਲੈਣਾ ਵਾ। ਦੇਖੋ ਹੁਣ ਇਹ ਜਿਹੜਾ ਵਾ ਆਪਾਂ ਇਹਦੇ ਉੱਪਰ ਜਿਹੜੀ ਲੈਸ ਹੈ ਉਹਦੇ ਉੱਪਰ ਕੱਪੜਾ ਅਤੇ ਦਸ ਸਿਲਾਈ ਲਗਾਵਾਂਗੇ। ਕੱਪੜਾ ਜਿਹੜਾ ਆਪਾਂ ਫੋਲਡ ਕੀਤਾ ਸੀ ਉਹਨੂੰ ਲੈਸ ਉੱਤੇ ਰੱਖ ਕੇ ਉਹਨੂੰ ਸਿਲਾਈ ਲਗਾਵਾਂਗੇ। ਦੇਖੋ ਇੱਦਾਂ ਕਰਕੇ ਫੋਲਡ ਜਿਹੜਾ ਕੱਪੜਾ ਨੂੰ ਸਿਲਾਈ ਲਗਾਉਂਦੇ ਆ ਜਿੰਨਾ ਕਵਰ ਹੋ ਜਾਵੇ ਲੈਸ ਬਿਲਕੁਲ ਨਹੀਂ ਨਜ਼ਰ ਆਉਂਦੀ। ਬਾਅਦ ਚਿਹਰੇ ਕਟਾਮ ਆ ਬਸ ਉਹੀ ਨਜ਼ਰ ਆਉਂਦੇ ਨੇ। ਉਹ ਤੋਂ ਬਾਅਦ 'ਚ ਫਿਰ ਉਹਨੂੰ ਆਪਾਂ ਸਿੱਧੇ ਪੰਨੇ ਨੂੰ ਉਲਟਾ ਲਿਆ। ਸਿੱਧੇ ਪੰਨੇ ਉਲਟਾਉਣ ਤੋਂ ਬਾਅਦ 'ਚੋਂ ਇਹਦੇ ਉੱਤੇ ਆਪਾਂ ਸਿਲਾਈ ਫਿਰ ਇੱਕ ਲਗਾ ਲਾਂਗੇ। ਇੱਕੋ ਸਿਲਾਈ ਲਗਾਉਣੀ ਬਸ।
ਜਿਹੜਾ ਕੱਪੜਾ ਮਗਰ ਨਜ਼ਰ ਆਉਂਦਾ ਵਾ ਉਹਦੇ ਉੱਪਰ ਆਪਾਂ ਸਿਲਾਈ ਲਗਾਵਾਂਗੇ ਸਿੱਧੇ ਪੰਨੇ, ਸਿੱਧੀ ਸਾਈਡ ਵਾਲੇ ਪੰਨੇ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰ ਦਿਓ, ਧੰਨਵਾਦ।